ਅਸਲਾਮ ਵਾਲੇਕਮ ਜੀ, ਕੀ ਹਾਲ ਨੇ ਸਾਰੇ ਵੀਰਾਂ ਦਾ? ਠੀਕ ਹੋ? ਉਮੀਦ ਕਰਦਾ ਸਾਰੇ ਭਾਈ ਠੀਕ ਹੋਣੇ ਹੋ। ਉਹ ਮਲਕਪੁਰੀ ਵੀ ਆ ਗਿਆ, ਮੈਨੂੰ ਸ਼ੱਕ ਪੈ ਰਿਹਾ। ਉਹਨਾਂ ਨੂੰ ਆਪਣੀ ਗੱਡੀ 'ਚੋਂ ਕੱਢ ਲਈਏ ਅਤੇ ਮੋੜ ਜਿਹੜਾ ਨਾ ਅਗਲਾ ਤੁਹਾਨੂੰ ਜ਼ਾਂਬ ਖਾਂਦੇ ਹਾਂ। ਹੋਰ ਸੁਣਾਓ, ਸਾਰੇ ਠੀਕ ਹੋ? ਘਰ ਬਾਰ ਖੈਰੀਅਤ ਅਤੇ ਸਾਰਿਆਂ ਦੀ? ਅਸਲਾਮ ਵਾਲੇਕਮ। ਠੀਕ ਹੈ ਮੀਆਂ ਜੀ, ਮਲਕਪੁਰੀ ਆ ਗਿਆ, ਥੱਲੇ ਕੀ ਏ, ਹੁਣ ਚਲੀਏ। ਚਲੋ ਚਲੋ ਆ ਜਾਓ। ਇਹ ਜਨਾਬ ਉਸਤਾਦੇ ਮੋਹਤਰਮ ਲੈ ਆਨੇ ਗੱਡੀ ਤੋਂ, ਮੈਂ ਆ ਕੇ ਹੁਣ ਲੈ ਆ ਜਾਓ। ਸਵੇਰ ਦੇ ਸਾਡੇ ਤੋਂ ਵਿਛੜੇ ਹੋ ਜਿਹੜਾ ਮੈਂ ਅੱਜ ਫਿਰ ਲਾਈਵ ਤੋਂ ਮਾਲ ਆਉਂਦਾ, ਚੈੱਕ ਬੁੱਕ ਨਵੀਂ ਆਉਂਦੀ, ਲਾਈਵ ਤੋਂ ਮਾਲ ਆਉਂਦਾ ਪਿਆ। ਆਹ ਚੈੱਕ ਬੁੱਕ ਨਵੀਂ ਆਉਂਦੀ, ਅਗਲੇ ਚੈੱਕ ਮੁੱਕ ਗਏ ਨੇ, ਅਗਲੇ ਚੈੱਕ ਮੁੱਕ ਗਏ ਹੈਗਾ। ਟੁਰੋ ਗੱਡੀ ਥੱਲੇ ਦਾ ਪਿਆ ਜੀ। ਗਜ਼ਨਫਰ ਸਾਹਿਬ ਸਾਡਾ ਵੇਟ ਕਰ ਰਹੇ ਨੇ ਆਉਂਦੇ ਨੂੰ। ਗਜ਼ਨਫਰ ਨੂੰ ਗਜ਼ਨਫਰ ਦੋਲ ਲੈਨੇ ਆ ਭਰਾ। ਨਹੀਂ ਨਹੀਂ ਬਿਲਕੁਲ। ਅਸੀਂ ਜਨਾਬ ਹੁਣ ਜਿਹੜਾ ਨਾ ਸ਼ਹਿਰ ਦਾ ਪਲੈਨ ਬਣਦਾ ਵੀ, ਅੱਜ ਸ਼ਹਿਰ ਗਿਆ ਤੇ ਬਈ ਤੁਹਾਨੂੰ ਸਾਰਾ ਜਿਹੜਾ ਨਾ ਮਾਹੌਲ ਸ਼ੋਲ ਵਿਖਾਵਾਂਗੇ। ਸਹੀ ਹੈ, ਇਹ ਵੇਖੋ ਵਿਛੜੇ ਯਾਰ ਮਿਲ ਰਹੇ ਨੇ ਇੱਕ ਦੂਜੇ ਨੂੰ। ਆਇਓ ਜੀ, ਆਇਓ ਜੀ, ਗੁੱਟ ਕੇ ਜੱਫੀਆਂ ਲਾਓ, ਗੁੱਟ ਕੇ ਗੁੱਟ ਗੁੱਟ ਕੇ ਨਾ ਨਹੀਂ ਨਵੇਂ ਡੇਡਾ। ਆਇਓ ਜੀ, ਇੱਕ ਦਿਨ ਪਾਕਿਸਤਾਨ ਹੈ। ਦੋ ਤਰੋ ਬੰਦਿਆਂ ਦੀਆਂ ਲੀਸੀਆਂ ਖਤਮ ਕਰਾਈਆਂ ਨੇ, ਕਿਸੇ ਮੈਨੂੰ ਬੰਦੇ ਦੱਸਿਆ ਇਹ ਕੰਮ ਸਹੀ ਨਹੀਂ। ਮੈਂ ਆ ਕੇ ਚਲੋ ਇਹ ਉਂਝ ਖਤਮ ਕਰੀਏ, ਖਤਮ ਕਰਾ। ਅਵੀ ਕੋ ਤਰਾ ਕੋ ਕਿਸ਼ਤਾਂ ਦਿੱਤੀਆਂ ਜਾਂ ਪਿੱਛੋਂ ਕੋ ਨਾ ਦਿੱਤੇ। ਅੱਛਾ, ਉਹਨਾਂ ਨੇ ਤੁਹਾਡੀ ਉਂਝ ਆਟੋ ਬੰਦ ਹੋ, ਆਟੋ ਹੀ ਉਹਨਾਂ ਬੰਦ ਕਰ ਛੱਡੀ। ਵਾਪਸ ਲੱਭ ਜਾਂਦੇ ਨੇ ਅੱਜ ਇਹਨਾਂ ਨੂੰ ਬੈਗ। ਨਹੀਂ ਤੇ ਤੁਸੀਂ ਉੱਥੇ, ਤੁਹਾਡਾ ਆਪਣਾ ਕੀ ਕੰਮ ਆਇਆ? ਮੇਰਾ ਇਹ ਕੰਮ ਆ, ਮੈਂ ਐਮ ਸੀ ਬੀ ਚੋਂ ਲਈ ਹੈ ਚੈੱਕ ਬੁੱਕ। ਅੱਛਾ, ਆ ਬਾਸ਼ੋ ਲੈ ਲਿਆ ਬੋਰਡਰ। ਇਹ ਕਿਸ ਵਾਸਤੇ ਹੁੰਦਾ? ਅੱਛਾ, ਦਾਣਿਆਂ ਛਾਣੇ ਵਾਸਤੇ ਨਿਕਲੀਆਂ ਆਈਆਂ ਨੇ। ਹਾਂ, ਗੋਲ ਗੱਪੇ ਕੋਈ ਫਰੂਟ ਚਾਰ ਕੌੜੀ ਨਿੰਮ ਜਿਹੜੇ ਪੀ ਕੰਡ ਸਟਿਆ ਸੀ ਤਾਂ ਦਰੇਕ ਦੇ ਮੋੜ ਦਰ ਕੋਨੇ ਬੇਰ ਨਹੀਂ ਬਣਦੇ। ਹਾਂਜੀ, ਸਮਝ ਆ ਰਹੀ ਹੈ? ਅੱਜ ਜਨਾਬ ਸਵੇਰ ਦਾ ਮਲਕਪੁਰਾ ਨੇ ਵੇਟ ਕਰ ਕਰਕੇ, ਮਲਕਪੁਰੀ ਕਦੀ ਆਉਂਦੇ 10 ਮਿੰਟਾਂ ਨੂੰ ਪਹੁੰਚਦਾ ਪਿਆ, ਕਦੀ 15 ਮਿੰਟਾਂ ਨੂੰ, ਤੇ ਅਸੀਂ ਇੱਥੇ ਵੇਟ ਕਰ ਕਰਕੇ ਅੱਧੇ ਹੋਏ ਪਏ। ਠੀਕ, ਹੁਣ ਮਲਕਪੁਰੀ ਆ ਗਏ ਨੇ ਸਾਰਿਆਂ, ਤੁਸੀਂ ਵੇਖ ਲਿਆ, ਜਿਹਨਾਂ ਨਹੀਂ ਵੇਖਿਆ ਇਹ ਆਹ ਮੁੜ ਵੇਖ ਲਓ ਦੁਬਾਰਾ ਦੁਬਾਰਾ। ਉਮੀਦ ਕਰਦਾ ਤੁਹਾਨੂੰ ਅੱਜ ਦੀ ਜਿਹੜੀ ਨਾ ਸ਼ਾਰਟ ਵੀਡੀਓ ਅੱਛੀ ਲੱਗੀ, ਜੇ ਅੱਛੀ ਵੀ ਲੱਗੀ ਵਲੌਗ ਤੇ ਲਾਈਕ ਮਾਰੋ, ਫੋਲੋ ਮਾਰੋ। ਤੁਹਾਨੂੰ ਤੇ ਜਨਾਬ ਸ਼ੁਗਰ ਮੇਲੇ ਵਿਖਾਉਂਦੇ ਰਹਿਣਾ ਨਾ, ਤੇ ਮਿਲਦੇ ਅਗਲੀ ਵੀਡੀਓ, ਤਦ ਤੱਕ ਲਈ ਅੱਲਾ ਹਾਫਿਜ਼।